ਤੁਸੀਂ ਇਸ ਜਗ੍ਹਾ ਦੇ ਉੱਤੇ ਪਹੁੰਚੇ, ਕਿਹੜੀ ਕਿਹੜੀ ਦਿੱਕਤਾਂ ਪਰੇਸ਼ਾਨੀਆਂ ਤੁਹਾਨੂੰ ਲੱਗੀਆਂ ਵੀ ਜਿਹੜੇ ਇਨਮੇਟਸ ਨੇ ਉੱਥੇ ਤਾਂ ਉਹਨਾਂ ਲਈ ਦੂਰ ਹੋਣੇ ਚਾਹੀਦੇ? ਸਭ ਤੋਂ ਪਹਿਲਾਂ ਇਹ ਓਵਰ ਕਰਾਊਡਡ ਹੈ ਜੀ, ਬਹੁਤ ਜ਼ਿਆਦਾ। ਜਿੱਥੇ 20 ਹੋਣੇ ਚਾਹੀਦੇ ਉੱਥੇ 70-80 ਨੇ। ਫਿਰ ਕੁਝ ਮੈਡੀਕਲ ਫੈਸਿਲਿਟੀ ਜਿਹੜੀਆਂ ਲੈਕ ਕਰਦੀਆਂ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਬਾਕੀ ਜਿੱਥੇ ਤੱਕ ਖਾਣੇ ਦਾ ਸਵਾਲ ਸੀ, ਸਫਾਈ ਦਾ ਸਵਾਲ ਸੀ, ਉਹ ਬਿਲਕੁਲ ਠੀਕ ਸਾਰਾ ਕੁਝ। ਤੇ ਮੈਮ ਕੀ ਲੱਗਦਾ ਹੈ ਜਦੋਂ ਤੁਸੀਂ ਅੰਦਰ ਜਾਂਦੇ ਆ ਜਿਹੜਾ ਉਹਨਾਂ ਦਾ ਬੇਸਿਕ ਮੈਂਟਲ ਜਿਹੜੀ ਉਹਨਾਂ ਦੀ ਅਪੀਅਰੈਂਸ ਆ, ਕੀ ਲੱਗਦਾ ਵੀ ਉਹ ਸਹੀ ਆ? ਕਿਉਂਕਿ ਜਦੋਂ ਓਵਰ ਕਰਾਊਡਡ ਹੁੰਦਾ ਹੈ ਤਾਂ ਦਿੱਕਤ ਪਰੇਸ਼ਾਨੀ ਜ਼ਰੂਰ ਹੁੰਦੀ ਆ। ਮੈਂਟਲ ਹੈਲਥ ਠੀਕ ਹੈ, ਐਕਸੈਪਟ ਜਿਹੜੀਆਂ ਪ੍ਰੈਗਨੈਂਟ ਵਿਮਨ ਨੇ ਉਹ ਖੁਸ਼ ਨਹੀਂ ਆ। ਉਹ ਇਸ ਕਰਕੇ ਖੁਸ਼ ਨੇ, ਇੱਕ ਤਾਂ ਪ੍ਰੈਗਨੈਂਸੀ ਦੇ ਟਾਈਮ ਤੇ ਵੈਸੇ ਹੀਟ ਇੰਨੀ ਜ਼ਿਆਦਾ ਆ, ਇੱਕ ਕਹਿੰਦੀ ਹੈ ਕਿ ਮੈਂ ਪ੍ਰੈਗਨੈਂਸੀ ਆਪਣਾ ਅਬੋਰਸ਼ਨ ਕਰਵਾਉਣਾ ਆ। ਸੋ ਉਹ ਜਿਹੜੀ ਉਹ ਆਪਣੇ ਘਰ ਦਾ ਐਡਰੈਸ ਤੇ ਟੈਲੀਫੋਨ ਨੰਬਰ ਨਹੀਂ ਦੱਸ ਰਹੀ ਹੈ। ਔਰ ਇਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਅਗਰ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਹੈ ਤੇ ਫੈਮਿਲੀ ਦੀ ਪੇਰੈਂਟਸ ਦੀ ਸਹਿਮਤੀ ਜ਼ਰੂਰੀ ਹੈ ਉਸ ਚੀਜ਼ ਦੇ ਲਈ। ਤੇ ਉਹ ਸ਼ੀ ਇਜ਼ ਗੋਇੰਗ ਥਰੂ ਅ ਟਰਾਮਾ, ਲੋਟ ਆਫ ਟਰਾਮਾ। ਜਿਹੜੀ ਦੂਸਰੀ ਹੈਗੀ ਆ, ਜਿਹੜੀ ਲੜਕੀ ਹੈਗੀ, ਉਹ ਕਹਿੰਦੀ ਕਿ ਮੇਰਾ ਕੋਈ ਕਸੂਰ ਨਹੀਂ, ਮੈਂ ਇੱਕ ਕੰਪਨੀ ਦੇ ਅੰਦਰ ਗਈ ਸੀ ਕੰਮ ਕਰਨ ਲਈ, ਉਹ ਕੰਪਨੀ ਗਲਤ ਨਿਕਲੀ ਤੇ ਮੈਨੂੰ ਵੀ ਨਾਲ ਚੁੱਕੀ ਆ। ਤੇ ਉਹ ਅੰਡਰ ਟ੍ਰਾਇਲ ਹੈ, ਉਹਦਾ ਵੀ ਟ੍ਰਾਇਲ ਛੇਤੀ ਹੋਣਾ ਚਾਹੀਦਾ। ਮੈਮ ਹੈਲਥ ਦੇ ਪੱਖੋਂ ਕਿਹੜੀਆਂ ਸਹੂਲਤਾਂ ਇਸ ਵਕਤ ਤੁਹਾਨੂੰ ਲੱਗਦਾ ਵੀ ਜਿਨ੍ਹਾਂ ਦੇ ਵਿੱਚ ਕਮੀ ਪੇਸ਼ੀ ਤੁਹਾਨੂੰ ਨਜ਼ਰ ਆਈ ਹੈ? ਤੁਸੀਂ ਕਹਿ ਰਹੇ ਸੀ ਕਿ ਡੈਂਟਲ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਹੈਗੀ ਆ, ਕੀ ਲੱਗਦਾ ਕਿ ਤੁਸੀਂ ਹੁਣ ਇਸ ਬਾਬਤ ਨੋਟਿਸ ਲਓਗੇ, ਜਿਹੜਾ ਜੇਲ੍ਹ ਪ੍ਰਸ਼ਾਸਨ ਉਹਨੂੰ ਕਿਹਾ ਜਾਏਗਾ ਕਿ ਜਿਹੜੀਆਂ ਦਿੱਕਤ ਪਰੇਸ਼ਾਨੀ ਜਲਦ ਦੂਰ ਕੀਤਾ ਜਾਵੇ? ਬਿਲਕੁਲ ਦੂਰ ਕਰਨਾ ਚਾਹੀਦਾ, ਜਿਹੜਾ ਡੈਂਟਲ ਦਾ ਸਪੈਸ਼ਲੀ, ਠੀਕ ਹੈ ਨਾ। ਇਹਨਾਂ ਨੂੰ ਇਹ ਤਾਂ ਅਗਰ ਕੋਈ ਬਿਮਾਰ ਹੁੰਦਾ ਵੀ ਹੈ, ਪ੍ਰੋਬਲਮ ਹੁੰਦੀ ਆ, ਤੇ ਗਾਰਡ ਚਾਹੀਦੇ ਨੇ, ਬੰਦੇ ਨੂੰ ਹਸਪੀਟਲ ਭੇਜਣਾ ਆਉਣਾ ਬਹੁਤ ਜ਼ਿਆਦਾ ਦਿੱਕਤ ਦੀ ਜ਼ਰੂਰਤ ਇਹਦੀ ਹੁੰਦੀ ਹੈ। ਤੇ ਇਸ ਕਰਕੇ ਜਿਹੜਾ ਇਹ ਡੈਂਟਲ, ਉਹਨਾਂ ਦੀ ਕਿੱਟ ਪੂਰੀ ਹੋਣੀ ਚਾਹੀਦੀ ਆ, ਉਹਨਾਂ ਦੀ ਡੈਂਟਲ ਚੇਅਰ ਹੋਣੀ ਚਾਹੀਦੀ ਆ ਪੂਰੀ, ਉਹਦੇ ਲਈ ਅਸੀਂ ਕੋਸ਼ਿਸ਼ ਕਰਾਂਗੇ ਛੇਤੀ। ਮੈਮ ਆਖਰੀ ਸਵਾਲ ਆ, ਹੁਣ ਪੰਜਾਬ ਦੀ ਜਿਹੜੀ ਬਾਕੀਆਂ ਜ਼ਿਲ੍ਹਾ ਉਹਨਾਂ ਦੇ ਵਿੱਚ ਵੀ ਤੁਹਾਡਾ ਵਿਜ਼ਿਟ ਰਹੇਗਾ? ਬਿਲਕੁਲ, ਐਵਰੀ ਜੇਲ੍ਹ ਜਿੱਥੇ ਵੀ ਵਿਮਨ ਹੈਗੀਆਂ ਨੇ, ਮੈਂ ਸਾਰੀ ਜੇਲ੍ਹਾਂ ਜਾਵਾਂਗੀ, ਸੁਣਾਂਗੇ ਵੀ ਕੋਈ ਅੰਡਰ ਟ੍ਰਾਇਲ ਨੇ, ਕਿਹਨਾਂ ਦਾ ਹਾਲੇ ਤੱਕ ਸੁਣਵਾਈ ਨਹੀਂ ਹੋ ਰਹੀ ਬਿਲਕੁਲ ਵੀ, ਉਹ ਕੇਸਿਸ ਨੂੰ ਅੱਗੇ ਲੈ ਕੇ। ਮੈਮ ਬਤੌਰ ਵੂਮਨ, ਤੁਸੀਂ ਇੱਕ ਮਹਿਲਾ ਦੇ ਤੌਰ ਤੇ ਜਾ ਰਹੇ ਹੋ, ਵੂਮਨ ਟੱਚ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਈ ਅਜਿਹੀਆਂ ਗੱਲਾਂ ਵੀ ਜ਼ਰੂਰ ਸਾਹਮਣੇ ਆਈਆਂ ਹੋਣਗੀਆਂ ਜਿਹੜੀਆਂ ਹੁਣ ਤੱਕ ਨਹੀਂ ਆਈਆਂ ਹੋਣਗੀਆਂ, ਜਿਹੜੀਆਂ ਤੁਹਾਡੇ ਦਿਲ ਨੂੰ ਝੰਜੋੜਦੀਆਂ ਜ਼ਰੂਰ ਹੋਣਗੀਆਂ, ਉਸ ਬਾਬਤ ਕੋਈ ਜਾਣਕਾਰੀ? ਬਹੁਤ ਜ਼ਿਆਦਾ, ਕਿਉਂਕਿ ਇੱਥੇ ਮੈਂ ਦੇਖਿਆ ਕਿ ਜਿਹੜੀ 70 ਸਾਲ ਤੋਂ ਵੀ ਉੱਪਰ ਲੇਡੀਜ਼ ਨੇ, ਉਹਨਾਂ ਦੀ ਉਮਰ ਨਹੀਂ ਇੱਥੇ ਬੈਠਣ ਦੀ, ਤੇ ਉਹਨਾਂ ਦਾ ਜਿਹੜਾ ਟ੍ਰਾਇਲ ਉਹ ਬਿਲਕੁਲ ਫਾਸਟ ਟਰੈਕ ਤੇ ਹੋਣਾ ਚਾਹੀਦਾ, ਠੀਕ ਹੈ। ਔਰ ਕਿਉਂਕਿ ਕ੍ਰਾਈਮ ਵੀ ਕੋਈ ਛੋਟਾ ਛੋਟਾ ਕ੍ਰਾਈਮ ਹੈ, ਕੋਈ 420 ਚ ਹੈ, ਕਿਸੇ ਚ ਹੈਗਾ, ਜਾਂ ਕਿਸੇ ਦੀ ਨੂੰਹ ਦੀ ਡੈਥ ਹੋ ਗਿਆ ਉਹਨੂੰ ਚੱਕ ਕੇ ਅੰਦਰ ਕੀਤਾ ਹੋਇਆ, ਹਲੇ ਤੱਕ ਉਹ ਟ੍ਰਾਇਲ 'ਚ ਫਿਰਦੇ ਨੇ, ਇਹ ਉਹ ਨਹੀਂ ਹੋਣਾ ਚਾਹੀਦਾ। NTPC ਦੇ ਕੇਸਾਂ ਦੇ ਵਿੱਚ ਵੀ ਮਹਿਲਾਵਾਂ ਦੀ ਹੁਣ ਸ਼ਮੂਲੀਅਤ ਪਾਈ ਜਾ ਰਹੀ ਹੈ, ਉਸ ਨੂੰ ਲੈ ਕੇ ਕੀ ਅਵੇਅਰਨੈਸ ਕੈਂਪ ਵੀ ਚਲਾਏ ਜਾਣਗੇ ਕੁਝ, ਕੀ ਖਾਸ ਤੌਰ ਤੇ ਜੇ ਬਾਰਡਰ ਬੈਲਟ ਦੀ ਗੱਲ ਕੀਤੀ ਜਾਵੇ ਉਧਰਲੇ ਪਾਸੇ ਦੇ ਜ਼ਿਆਦਾ NTPC ਦੇ ਮਾਮਲੇ ਜ਼ਿਆਦਾ ਸਾਹਮਣੇ ਆਉਂਦੇ? NTPC ਦੇ ਐਕਟ ਦੇ ਅੰਡਰ ਬਹੁਤ ਲੇਡੀਜ਼ ਹੈਗੀਆਂ ਨੇ ਅੰਦਰ, ਪਰ ਇਹ ਇੱਕ ਡਿਫਰੈਂਟ ਟੌਪਿਕ ਆ, ਉਹ ਡਿਸਕਸ ਕਰਾਂਗੇ, ਕਿਉਂ ਹੋਣੇ, ਕਿਉਂ ਇਨਵੋਲਵਮੈਂਟ ਹੁੰਦੀ ਆ, ਕੀ ਕਰਨਾ ਚਾਹੀਦਾ ਦੇ ਬਾਰੇ, ਉਹ ਡਿਫਰੈਂਟ ਅਵੇਅਰਨੈਸ ਕੈਂਪ ਲਗਾਏ ਜਾਣਗੇ? ਬਿਲਕੁਲ ਜ਼ਰੂਰ ਲਗਾਏ ਜਾਣਗੇ ਸਰ। ਥੈਂਕ ਯੂ। ਸੋ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਇਸ ਵਕਤ ਰੋਪੜ ਦੀ ਜੇਲ੍ਹ ਦਾ ਦੌਰਾ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਸੂਬੇ ਭਰ ਦੇ ਵਿੱਚ ਜਿੰਨੀਆਂ ਵੀ ਜ਼ਿਲ੍ਹਾ ਨੇ ਉਸ ਦੇ ਵਿੱਚ ਜਿਹੜੀਆਂ ਫੀਮੇਲ ਇਨਮੇਟਸ ਨੇ ਉਹਨਾਂ ਦੀਆਂ ਜਿਹੜੀਆਂ ਦਿੱਕਤ ਪਰੇਸ਼ਾਨੀਆਂ ਉਹਨਾਂ ਦੇ ਬਾਬਤ ਉਹ ਜਾਣਕਾਰੀ ਜ਼ਰੂਰ ਇਕੱਠਾ ਕਰਨਗੀਆਂ। ਨਿਊਜ਼ 18 ਪੰਜਾਬ ਦੇ ਲਈ ਮੈਂ ਮਨਪ੍ਰੀਤ ਸ਼ਾਹ ਰੂਪਨਗਰ ਤੋਂ।